ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਡਾਕਟਰ ਹਰਮਨਦੀਪ ਸਿੰਘ। ਲਗਭਗ ਝੋਨੇ ਨੂੰ ਪਹਿਲੀ ਦੂਜੀ ਯੂਰੀਆ ਪੈ ਚੁੱਕੀ ਆ। ਕਈ ਕਿਸਾਨ ਵੀਰ ਪੁੱਛਦੇ ਆ ਕਿ ਤੀਸਰੀ ਯੂਰੀਆ ਦੀ ਬੋਰੀ ਦੇ ਨਾਲ ਕੀ ਪਾਇਆ ਜਾਵੇ। ਜੇ ਤਾਂ ਆਪਣੇ ਝੋਨੇ ਦਾ ਫੁਟਾਰਾ ਉਸ ਲੈਵਲ ਦਾ ਨਹੀਂ ਹੋਇਆ ਤਾਂ ਆਪਾਂ ਫਰਟੇਰਾ ਜਾਂ ਰੀਜਨਲ ਅਲਟਰਾ ਵਰਤ ਸਕਦੇ ਹਾਂ, ਦਾਣੇਦਾਰ, ਜਿਹਦੇ ਨਾਲ ਕਿ ਆਪਾਂ ਨੂੰ ਫੁਟਾਰੇ ਵਿੱਚ ਵੀ ਵਧੀਆ ਰੋਲ ਪਲੇ ਕਰੂਗੀ ਰੀਜਨ ਅਲਟਰਾ ਜਾਂ ਫਰਟੇਰਾ, ਅਤੇ ਨਾਲ ਦੀ ਨਾਲ ਸੁੰਡੀ 'ਤੇ ਵਧੀਆ ਕੰਟਰੋਲ ਕਰੂਗੀ। ਅਤੇ ਲਗਭਗ ਜੇ ਆਪਣਾ ਟੈਂਪਰੇਚਰ ਸਹੀ ਰਹਿੰਦਾ ਤਾਂ 20 ਤੋਂ 25 ਦਿਨ ਅਸਰ ਰੱਖੂਗੀ। ਅਤੇ ਆਉਣ ਵਾਲੀ ਆਪਾਂ ਵੀਡੀਓ ਦੇ ਵਿੱਚ ਆਪਾਂ ਕਿਹੜੀ ਕਿਹੜੀ ਗੋਭ ਦੀ ਸੁੰਡੀ ਤੋਂ ਅਤੇ ਪੱਤੇ ਲਪੇੜ ਤੋਂ ਅਤੇ ਵੱਖ ਵੱਖ ਉੱਲੀ ਰੋਗਾਂ ਤੋਂ, ਝੋਨੇ ਦੇ ਜਿੰਨੇ ਵੀ ਉੱਲੀ ਰੋਗ ਆਉਂਦੇ ਨੇ ਉਹਦੇ ਤੋਂ ਕਿਹੜੀ ਕਿਹੜੀ ਸਪਰੇਅ ਕੀਤੀ ਜਾਵੇ, ਉਹ ਆਉਣ ਵਾਲੇ ਸਮੇਂ ਦੇ ਵਿੱਚ ਉਸ ਦੇ ਉਪਰੰਤ ਆਪਾਂ ਵੀਡੀਓ ਬਣਾਵਾਂਗੇ, ਜਿਹਦੇ ਨਾਲ ਕਿ ਤੁਹਾਨੂੰ ਤੁਹਾਡੀ ਨੌਲੇਜ ਦੇ ਵਿੱਚ ਹੋਰ ਵਾਧਾ ਹੋਊਗਾ ਅਤੇ ਜਿਹਦੇ ਨਾਲ ਕਿ ਝੋਨੇ ਦਾ ਵੱਧ ਤੋਂ ਵੱਧ ਝਾੜ ਆ ਸਕੂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।